रेडिएटर का पानी वाला लगी होगा हरेक चीज पानी तो बिना इंजन गर्म नहीं हो जाएगा यार केड़ा इंजन है जेडे च पानी नहीं आंदा ट्रैक्टर गड्डी देखिए जिहड़ी बिना पानी तो चलती है नहीं होंगे जी रेडिएटर यार भाई ट्रैक्टर आ गया तेनू दिखा देने ओनू दिखा देने ट्रैक्टर आ जा भाई आ जा आई भाई आई आई मैं ऊपर चढ़ा तेनू बांस बोकी दे रही है इधर तेनू फेर दे मैं इधर इंजन दा काम मड़या पे है सानू प्रॉपर जवाब चाहिए ए गल दा जे तुसी कहंदे हो भाई तेनू बांस बोकी भाई इधर आई लेके ही लेके ही भाई ने बंद करता जी क्यों नहीं होंदा काहतों नहीं होंदा भाई ऐ दसी कूलर लाया जा गड्डिया भी ला सकते उन्होंने पानी वाला चक्कर क्यों करे सिलेंडर ਕੋਈ ਵਾਟਰ ਬਾਡੀ ਨਹੀਂ ਕੁਛ ਨਹੀਂ ਦੇ ਚੱਲਦਾ ਕੰਮ ਫਿਰ ਤੁਸੀਂ ਕਹਿੰਦੇ ਸਿਲੰਡਰ ਵੱਧ ਹੁੰਦੇ ਨੇ ਫਿਰ ਉਹਨਾਂ ਦੇ ਕਾਹਤੋਂ ਨਹੀਂ ਹੈਗੇ ਹਾਂ ਐਸ਼ਰ ਵਾਲੇ ਲਾਉਂਦੇ ਨੇ ਬਾਈ ਚੀਜ਼ੇ ਤਕੜੀ ਦਿੰਦੇ ਨੇ ਨਹੀਂ ਉਹ ਤਾਂ ਫਿਰ ਮੈਂ ਉਹੀ ਤਾਂ ਕਹਿੰਦਾ ਉਸੇ ਬਾਈ ਕੋਲੇ ਦੋ ਤਿੰਨ ਟਰੈਕਟਰ ਨੇ ਇਹਨੂੰ ਐ ਪੁੱਛੋ ਵੀ ਐਸ਼ਰ ਹੀ ਕਿਉਂ ਰੱਖਿਆ ਕਾਹਤੋਂ ਰੱਖਿਆ ਬਾਈ ਇਹਦਾ ਖਰਚਾ ਘੱਟਾ ਖਰਚਾ ਠੀਕ ਹੈ ਕਮਾਲ ਹੈ ਯਾਰ ਕੰਪਨੀ ਦਾ ਖਰਚਾ ਵੀ ਘੱਟ ਹੈ ਗਰਮ ਨਹੀਂ ਹੁੰਦਾ ਇਹ ਠੀਕ ਹੈ ਨਾਲੇ ਜਿੱਥੋਂ ਦੀ ਇਹ ਲੰਘ ਜੂ ਉਹ ਦੂਜਾ ਨਹੀਂ ਲੰਘਦਾ ਕਿਉਂ ਜੀ ਇਹ ਗੱਲ ਫਿਰ ਸਾਰੀਆਂ ਕੰਪਨੀਆਂ ਇਹ ਟਰੈਕਟਰ ਕਿਉਂ ਨਹੀਂ ਬਣਾਉਂਦੀਆਂ ਉਹ ਤਾਂ ਹੁਣ ਕੰਪਨੀਆਂ ਨੂੰ ਪੁੱਛੋ ਜਾ ਕੇ ਪਰ ਜਿਹੜੀ ਸੁਰ ਤੁਸੀਂ ਮੇਰੇ ਨਾਲ ਜ਼ਿੱਦ ਕਰੀ ਦੀ ਉਹਦੇ ਰੇਟ ਗੱਡੀਆਂ ਦੇ ਕਿਹੜਾ ਪੈਨ ਨਾਲ ਲੋਡ ਪਾਉਂਦੇ ਆ ਗੱਡੀਆਂ ਦੇ ਬਈ ਕਿਉਂ ਹੁੰਦਾ ਗੱਡੀ ਤੇ ਕਿੰਨਾ ਕੁ ਲੋਡ ਪਾਉਂਦੇ ਆ ਆਪਾਂ ਇੰਜਣ ਵੀ ਵੱਡੇ ਨੇ ਗੱਡੀਆਂ ਦਾ ਹੁੰਦਾ ਬਈ ਉਹਦੇ ਵੀ ਉਹ ਕਰ ਸਕਦੇ ਨੇ ਪੱਖਾ ਲਾ ਸਕਦੇ ਕੰਪਨੀਆਂ ਦੀਆਂ ਤਕਨੀਕਾਂ ਨੇ ਨਾ ਤਕਨੀਕਾਂ ਨੇ ਬਈ ਕੰਪਨੀਆਂ ਠੀਕ ਹੈ ਅੱਡੋ ਅੱਡ ਤਕਨੀਕਾਂ ਨੇ ਤੇ ਵੱਟਰ ਵਾਡੀ ਲੱਗੀ ਹੁੰਦੀ ਆ ਉਹ ਆਟੋਮੈਟਿਕ ਚੀਜ਼ਾਂ ਨੇ ਵੱਡੇ ਇੰਜਣ ਨੇ ਜ਼ਿਆਦਾ ਸਪੀਡ ਵਾਲੀਆਂ ਨੇ ਠੀਕ ਹੈ ਇਹਦੀ ਵਾਲੀ ਸਪੀਡ ਹੈ ਨਹੀਂ ਚਲੋ ਠੀਕ ਹੈ ਜੀ ਓਕੇ ਸ਼ੁਕਰੀਆ ਯਾਰ ਸੋਚਣ ਵਾਲੀ ਕਿਹਦਾ ਚੱਕਰਾਂ 'ਚ ਪਾਉਣ ਵਾਲੀ ਯਾਰ ਵੀ ਤਿੰਨ ਸਿਲੰਡਰ ਟਰੈਕਟਰ ਤੱਕ ਵੀ ਹੈ ਨਹੀਂ ਵਗ ਜਾ ਬਈ ਵਗ ਜਾ ਆਹ ਦੇਖ